ਜੀ ਗੁਰਚਰਨ ਸਿੰਘ ਗਰੇਵਾਲ, ਜੋ ਕਿ ਮੈਂਬਰ ਸ਼੍ਰੋਮਣੀ ਕਮੇਟੀ, ਜੋ ਅੱਜ ਸਾਰੇ ਹੀ ਪੰਜਾਬ ਤੋਂ ਜਿੰਨੇ ਸਾਡੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਅੱਜ ਮੀਟਿੰਗ ਹੈ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ, ਜਿਹਦੇ ਮੀਟਿੰਗ ਦੇ ਵਿੱਚ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਪਿਛਲੀ ਰਵਾਇਤ ਦੇ ਮੁਤਾਬਕ ਉਹ ਅੱਜ ਸਾਰਿਆਂ ਨੂੰ ਸੰਬੋਧਨ ਵੀ ਕਰਨਗੇ, ਸਾਰਿਆਂ ਨਾਲ ਗੱਲਬਾਤ ਵੀ ਕਰਨਗੇ। ਜੋ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਕੱਲ੍ਹ ਅਤੇ ਪਰਸੋਂ ਦੋ ਦਿਨ ਚੰਡੀਗੜ੍ਹ ਦੇ ਹੈੱਡ ਆਫਿਸ ਦੇ ਉੱਤੇ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਹੈ ਉਹ ਸਾਰਿਆਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਕੱਲੇ ਇਕੱਲੇ ਨਾਲ ਉਹਨਾਂ ਦੀ ਵਿਚਾਰ ਲਏ ਨੇ, ਅਤੇ ਉਹ ਵਿਚਾਰਾਂ ਤੋਂ ਬਾਅਦ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਅੱਜ ਇੱਥੇ ਆਉਣਗੇ। ਉਸ ਤੋਂ ਬਾਅਦ ਜਿਹੜਾ ਕੱਲ੍ਹ ਨੂੰ ਇਜਲਾਸ ਹੋਣ ਜਾ ਰਿਹਾ 1 ਵਜੇ, ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਜਾਣਾ, ਸੀਨੀਅਰ ਮੀਤ ਪ੍ਰਧਾਨ, ਯੂਨੀਅਨ ਮੀਤ ਪ੍ਰਧਾਨ, ਜਨਰਲ ਸੈਕਟਰੀ ਅਤੇ 11 ਅੰਤਰ ਕਮੇਟੀ ਮੈਂਬਰ ਜੋ ਚੁਣੇ ਜਾਣੇ ਆ, ਉਹਨਾਂ ਦਾ ਜਿਹੜਾ ਫੈਸਲਾ ਸਰਬਸੰਮਤੀ ਨਾਲ ਜੋ ਪਿਛਲੇ ਦਿਨਾਂ ਵਿੱਚ ਰਾਇ ਮਸ਼ਵਰਾ ਕੀਤਾ ਗਿਆ ਸਾਰੇ ਮੈਂਬਰਾਂ ਨਾਲ, ਉਹ ਇੱਥੇ ਐਲਾਨ ਕੀਤਾ ਜਾਏਗਾ। ਸਰ, ਹਰ ਵਾਰੀ ਸੁਣਨ ਨੂੰ ਮਿਲਦਾ ਕਿ ਲਿਫਾਫੇ 'ਚੋਂ ਨਿਕਲਦਾ ਹੈ ਪ੍ਰਧਾਨ, ਕੀ ਇਸ ਵਾਰ ਵੀ ਇਹ ਸੁਣਨ ਨੂੰ ਮਿਲਦਾ? ਕਦੇ ਦਿਖਾਇਆ ਕਿਸੇ ਨੇ ਵੀ ਲਿਫਾਫੇ 'ਚੋਂ ਨਿਕਲਦਾ? ਤੁਸੀਂ ਦੇਖੋ ਚੰਡੀਗੜ੍ਹ ਦੇ ਅੰਦਰ, ਤੁਸੀਂ ਚੈਨਲਾਂ ਨੇ ਸਾਰੀ ਗੱਲ ਦਿਖਾਈ ਹੈ ਕਿ ਬਹੁਤ ਵੱਡਾ ਮੰਥਨ ਹੁੰਦਾ, ਬੜੀ ਵੱਡੇ ਪੱਧਰ 'ਤੇ ਰਾਇ ਮਸ਼ਵਰਾ ਕੀਤਾ ਜਾਂਦਾ, ਉਹ ਰਾਇ ਮਸ਼ਵਰੇ ਤੋਂ ਬਾਅਦ ਹੀ ਇਹਨਾਂ ਕੋਈ ਜਿਹੜਾ ਫੈਸਲਾ ਕੀਤਾ ਜਾਂਦਾ। ਇਹ ਲੋਕਤੰਤਰੀ ਸਿਸਟਮ ਹੈ, ਵੋਟ ਪਾ ਕੇ ਮੈਂਬਰ ਇੱਥੇ ਆਉਂਦੇ ਨੇ ਅਤੇ ਗਾਂਹ ਜਿਹੜਾ ਪ੍ਰਧਾਨ ਆ ਉਹ ਵੀ ਵੋਟ ਪਾ ਕੇ ਬਣਦਾ। ਕਿੰਨੇ ਉਮੀਦਵਾਰ ਨੇ ਜੀ ਪ੍ਰਧਾਨ ਜੀ ਦੇ ਵਿੱਚ? ਨਹੀਂ ਦੇਖੋ, ਇਹ 'ਚ ਉਮੀਦਵਾਰੀ ਵਾਲੀ ਕੋਈ ਗੱਲ ਨਹੀਂ, ਤੁਸੀਂ ਦੇਖਿਆ ਹੋਣਾ ਕੋਈ ਕਿਸੇ ਤਰ੍ਹਾਂ ਦੀ ਉਮੀਦਵਾਰੀ ਦੀ ਕੋਈ ਗੱਲ ਦਿਖਾਈ ਨਹੀਂ ਦਿੰਦੀ ਵਿਰੋਧੀ ਤਰ੍ਹਾਂ, ਭਾਵੇਂ ਕਿ ਉਹਨਾਂ ਨੂੰ ਪਤਾ ਵਾ ਉਹਨਾਂ ਨੇ ਆਪਣੇ ਕੋਈ ਇਸ਼ੂ ਉਠਾਉਣ ਲਈ ਜਾਂ ਸਿਰਫ ਆਪਣਾ ਇੱਥੇ ਇੱਕ ਮੁੱਦਾ ਖੜਾ ਕਰਨ ਵਾਸਤੇ ਆਪਦਾ ਕੋਈ ਬੰਦਾ ਖੜਾ ਕਰ ਦਿੰਦਾ, ਅਸੀਂ ਕਹਿ ਨਹੀਂ ਸਕਦੇ, ਪਰ ਇਸ ਤਰ੍ਹਾਂ ਦੀ ਕੋਈ ਸ਼ਖਸੀਅਤ ਦਿਖਾਈ ਨਹੀਂ ਦੇ ਰਹੀ ਜਿਹੜੀ ਇਸ ਮੌਕੇ 'ਤੇ ਕੋਈ ਉਮੀਦਵਾਰੀ ਦੇ ਤੌਰ 'ਤੇ ਸਾਹਮਣੇ ਆਵੇ, ਕੋਈ ਦਿਖਾਈ ਨਹੀਂ ਦੇ ਰਹੀ।